ਸੁਬਹ ਨਾਲ ਦਹੀਂ ਵੀ ਆ ਗਈ ਅਲਹਮਦੁਲਿਲਾ, ਕੱਲ੍ਹ ਦਾ ਦੁੱਧ ਕੁੱਪਿਆ ਸੀ। ਅਸਲਾਮ ਅਲੈਕੁਮ ਜੀ, ਗੁੱਡ ਮਾਰਨਿੰਗ ਜੀ, ਵੈਲਕਮ ਟੂ ਬੈਕ ਮਾਈ ਨਿਊ ਵਲੌਗ। ਉਮੀਦ ਹੈ ਖੈਰ ਖਰੀਦ ਨਸੋ। ਮੈਂ ਹਾਂ ਬਹਾਦਰ ਸ਼ੇਰ ਸਾਹਿਬ ਜੀ। ਤੋ ਅੰਮੀ ਸਾਹਿਬਾ ਸੁਬਹ ਸੁਬਹ ਦੇ ਨਾਲ ਆਪਣੀ ਡਿਊਟੀ ਸੰਭਾਲ ਲਈਏ ਅਤੇ ਮੈਂ ਆਪਣੀ ਸੰਭਾਲ ਲਈਏ। ਔਰ ਜੀ ਇੱਧਰ ਪਤਾ ਨਹੀਂ ਤੋੜੇ 'ਚ ਕੀ ਪਿਆ ਫੇਨੇ ਹੈ, ਉਹ ਕੀ ਪਿਆ ਹੈ। ਹਾਂਜੀ, ਅਤੇ ਇਹ ਪੈ ਨੇ ਤੁਕਲੇ, ਕਿਉਂਕਿ ਸਾਡੇ ਜਿਹੜੇ ਤੁਕਲੇ ਨਾ ਉਹ ਵਿੱਜ ਗਏ ਸਨ। ਅਤੇ ਅੰਮੀ ਸਾਹਿਬਾ ਸੁਬਹ ਸੁਬਹ ਗਈ ਅਤੇ ਗੁਆਂਢੀ ਵੱਲੋਂ ਫਾੜ ਲਿਆਈਏ ਤਾਂ ਕਿ ਅਸੀਂ ਜੇ ਨਾ ਰੋਟੀਆਂ ਪਕਾ ਲਈਏ। ਰੋਟੀਆਂ ਪਕਾਉਣ ਜਗ੍ਹਾ ਜਿਹੜਾ ਬਾਲਣ ਨਾ ਉਹ ਕੋ ਨਹੀਂ ਪਿਆ। ਔਰ ਜੀ 12 ਘੰਟੇ ਦੇ ਬਾਅਦ ਜੇ ਨਾ ਇੰਨਾ ਕੁ ਸੂਰਜ ਅਤੇ ਖਾਈ ਦਿੱਤਾ। ਔਰ ਹੁਣ ਮੈਂ ਜੇ ਨਾ ਜਾ ਰਿਹਾ ਦਾਤਨ ਮਾਰਨ, ਕਿਉਂਕਿ ਮੇਰੇ ਦੰਦ ਜਿਹੜੇ ਨਾ ਬਿਲਕੁਲ ਪੀਲੇ ਪੀਲੇ ਹੋਏ ਪਏ। ਔਰ ਉਸ ਤੋਂ ਬਾਅਦ ਫਿਰ ਕੁਛ ਨਾ ਕੁਛ ਨਿਆ ਕਰਨਾ ਹੈ। ਸੁਬਹ ਸੁਬਹ ਨਾਲ ਜਿਹੜੀ ਆਪਣੀ ਰੂਟੀਨ ਹੈ ਨਾ ਉਹ ਸ਼ੇਅਰ ਕਰਨਾ, ਕਿਉਂਕਿ ਰੂਟੀਨ ਜਿਹੜਾ ਲਾਜ਼ਮਨ ਹੋਣੀ ਚਾਹੀਦੀ ਹੈ ਜ਼ਿੰਦਗੀ 'ਚ, ਕਿਉਂਕਿ ਖਾਣਾ ਪੀਣਾ ਸਾਨੂੰ ਪਤਾ ਕਿ ਸਾਡਾ ਸਾਦਾ ਮੁਸਾਦਾ ਹੀ ਹੁੰਦਾ। ਤਾਂ ਜੇ ਨਾ ਜਾ ਕੇ ਕੀ ਕਰਦੇ, ਕੋਲ ਖਲੋਈਏ ਅਤੇ ਆਖੀਏ ਸਾਨੂੰ ਦਾਤਨ ਦੇ ਤੋੜਨਾ ਤਾਂ ਬਈ ਆਪੇ ਪੈਣਾ, ਲੇਕਿਨ ਉਹਨੇ ਕੋਈ ਮੰਗ ਲੈਂਦੇ। ਮੈਂ ਦਾਤਰੀ ਕੋਲ ਲੈ ਗਿਆ, ਐਵੇਂ ਹੀ ਆ ਗਿਆ ਜਿਲਾ ਖੈਰ ਕਰੇ ਨਾ ਵੀ ਹੱਥਾਂ 'ਤੇ ਜਿਹੜੇ ਕਰਨੇ ਨਾ ਉਹ ਜਾ ਕੇ ਬੈਠੇ ਹੋਈਏ। ਇਹਨੂੰ ਪਕੜੀਏ ਲਾ ਜੀ, ਦਾਤਨ ਤੋੜਦਾ। ਹਾਂਜੀ, ਇਹ ਵੀ ਰਾਤ ਦੇ ਗਰੀਬ ਭੁੱਕੇ ਫਿਰਦੇ ਉਹਨਾਂ ਨੇ, ਕਿਉਂਕਿ ਨਾ ਸ਼ਾਮ ਤੋਂ ਬਾਅਦ ਇਹ ਵੀ ਕਰੋ ਆਲਣ 'ਚ ਕਿਉਂ ਨਿਕਲੇ। ਔਰ ਅੱਜ ਨਾ ਸੁਬਹ ਸੁਬਹ ਨਾ ਆਪਣੀ ਰੋਜ਼ ਨੂੰ ਤਲਾਸ਼ ਕਰ ਨਿਕਲ ਪਏ। ਔਰ ਮਾਸ਼ਾਅੱਲਾ ਜੀ ਚੈੱਕ ਕਰੋ ਕਿੱਦਾਂ ਪਿਆਰਾ ਔਰ ਖੂਬਸੂਰਤ ਦਾਤਨ, ਟੁੱਟਿਆ ਬੜਾ ਔਖਾ। ਔਰ ਮੈਂ ਜਿਹੜਾ ਕੰਡਾ ਵੀ ਲੱਗ ਗਿਆ, ਮੈਂ ਇਹਦਾ ਨਾ ਟਿਊਬ ਬਰੱਸ਼ ਕਦੇ ਨਹੀਂ ਕੀਤਾ, ਕਿਉਂਕਿ ਜਿਹੜੇ ਦਾਤਨ ਹੈ ਨਾ ਉਹ ਬੈਸਟ ਹੈ। ਸਾਡੇ ਵੱਡੇ ਵੀ ਕਰਦੇ ਨੇ ਔਰ ਸਾਡਾ ਵੀ ਹੱਕ ਹੈ ਕਿ ਅਸੀਂ ਦਾਤਨ ਹੀ ਕਰੀਏ। ਜਲਦੀ ਜਲਦੀ ਕਰ ਲਓ ਸਫਾਈ ਬਰਤਨਾਂ ਦੀ। ਉਸ ਤੋਂ ਬਾਅਦ ਅੱਜ ਕੀ ਪੱਕਣ ਵਾਲਾ? ਕੋਈ ਹੋਰ ਚੀਜ਼ ਨਹੀਂ ਪਕਾਉਣੀ? ਨਹੀਂ, ਕੋਈ ਮਸਲਾ ਹੋਰ ਚੀਜ਼ ਹੋ ਜਾਵੇ ਨਾ ਰਾਤ ਦਸ ਸਾਲ ਤਾਂ ਖਾ ਲੈ। ਸਰ ਕੋਈ ਐਸੀ ਚੀਜ਼ ਹੋਵੇ ਨਾ, ਕਦੇ ਅਚਾਰ ਕਿਸੇ ਪਕਾ ਖਾਧਾ? ਚਲੋ ਠੀਕ ਹੈ, ਓਕੇ। ਹੋਰ ਜੀ ਰਾਤੀ ਬਾਰਿਸ਼ ਦੇ ਕੰਮ ਦੇਖੋ, ਤੁਹਾਨੂੰ ਦਿਖਾਉਣਾ, ਚੈੱਕ ਕਰੋ ਕਿੰਨੀ ਮਿੱਟੀ ਬਾਰਿਸ਼ ਨੇ ਪਾਈ। ਹਾਂਜੀ ਹਾਂਜੀ, ਅੱਲਾ ਤੈਨੂੰ ਪੱਕੇ ਦੇ, ਆਮੀਨ। ਬਾਰਿਸ਼ ਕੇ ਪਾਣੀ ਸੇ ਤੇਰੇ ਭੀਗ ਜਾਣੇ ਸੇ ਤੜਪਣਾ ਛੱਡ ਦੋ, ਦਿਲ ਹੀ ਦਿਲ ਮੇ ਤੋੜ ਦੋ। ਐ ਜੀ ਬਾਰਿਸ਼ ਦਾ ਪਾਣੀ ਚੱਕਰ ਥੱਲੋ ਹੀ ਭਰਿਆ ਪਿਆ। ਉਹ ਕਦੇ ਸਰ ਰਾਤ ਬਾਰਿਸ਼ ਹੁੰਦੀ ਰਹੀ ਨਾ ਤੋ ਜਿਹੜਾ ਕਾਪੇ ਦਾ ਫੁੱਲ ਹੋ ਗਿਆ। ਔਰ ਮੈਂ ਜਿਹੜਾ ਬੂਟੀ ਦਾ ਪਾਣੀ ਵੀ ਨਾ ਹਲਕਾ ਕਰ ਲਵਾਂ, ਕਿਉਂਕਿ ਜ਼ਿਆਦਾ ਹੋ ਗਿਆ। ਇਹ ਨਾ ਉਹ ਨਾ ਹੋਵੇ ਕਿ ਪਾਣੀ ਕੱਢੀਏ ਨਾ ਔਰ ਬੂਟੀ ਜਾਵੇ ਸਾੜ। ਔਰ ਜੀ ਮਾਸ਼ਾਅੱਲਾ ਅਮੀ ਜਾਨ, ਬੂਟੀ ਆਪਣੀ ਹੋ ਰਹੀ, ਬੂਟੀ ਹੁੰਦੀ ਪਈ, ਪਾਣੀ ਵੇਟਦਾ ਹੀ ਪਿਆ, ਸਾਰੀਆਂ ਦਾ ਪਾਣੀ ਵੇਟਦਾ ਹੀ ਪਿਆ। ਹਾਂਜੀ ਹਾਂਜੀ, ਅਲਹਮਦੁਲਿਲਾ ਪਾਣੀ ਲਿਆ ਬਿਲਕੁਲ ਪੂਰਾ ਕਰ, ਕਿਉਂਕਿ ਨਾ ਕਾਫੀ ਜ਼ਿਆਦਾ ਹੋ ਗਿਆ ਸੀ। ਔਰ ਫਿਰ ਤੁਹਾਨੂੰ ਪਤਾ ਹੈ ਕਿ ਪਾਣੀ ਜ਼ਿਆਦਾ ਹੋਵੇ ਨਾ ਅਤੇ ਇਹ ਜਿਹੜੀ ਬੂਟੀ ਨਾ ਇਹ ਬਿਲਕੁਲ ਸੜ ਜਾਂਦੀ ਹੈ। ਬਾਰਿਸ਼ ਦੀ ਰਹਿਮਤ ਹੋ ਗਈ, ਕੋਈ ਮਸਲਾ ਨਹੀਂ, ਲੇਕਿਨ ਇੱਕ ਵਜ੍ਹਾ ਹੋਰ ਲੱਗ ਗਈ ਹੈ। ਉਹ ਵਜ੍ਹਾ ਇਹ ਹੈ ਕਿ ਤਕਰੀਬਨ 4 ਚੁਪੇਰੇ ਪਾਣੀ ਹੋ ਗਿਆ, ਔਰ ਪਾਣੀ ਜਿੰਨਾ ਕੁਛ ਚੰਦ ਦਿਨ ਖਲਾ ਲਵੇ ਨਾ ਅਤੇ ਉਹ ਮੁੜ ਜਿੰਨਾ ਬਦਬੂ ਮਾਰਨ ਲੱਗ ਪੈਂਦਾ। ਜਿਸ ਤਰੀਕੇ ਨਾਲ ਇਹ ਖਲਾ ਨਾ ਇਹ ਸਾਰਾ 4 ਕਨਾਲਾ
ਇਹ ਪਤਾ ਦੋ ਤਿੰਨ ਮੁਰੱਬੇ ਹੈਗੇ ਨੇ ਅਤੇ ਇਹਨੇ ਚੱਲਣਾ ਬਦਬੂ ਮਾਰਨੀ ਹੈ। ਮੈਂ ਕਹਿੰਦਾ ਬਾਰਿਸ਼ ਕਿਸੇ ਪਾਸੋਂ ਵੀ ਛੱਡਦੇ ਨਹੀਂ ਹੈ। ਔਰ ਜੀ ਆ ਸਾਹਮਣੇ ਬੈਠਾ ਦਰਖਾਨ, ਹੁਣ ਚਲਾ ਗਿਆ ਡਰ ਗਿਆ। ਇਹ ਜੀ ਨਾ ਤਕਰੀਬਨ ਗੌਣ ਵਾਲੇ ਕੀੜੇ ਖਾਂਦਾ ਲੱਕੜਾਂ ਵਿੱਚੋਂ। ਆ ਜੀ ਅੱਜ ਪੱਠੇ ਦਮੇ ਦਮੇ ਨਾਲ ਹੀ। ਔਰ ਜੀ ਬਾਰਿਸ਼ ਵਿੱਚ ਇੰਨਾ ਪੱਠੇ ਬੜੇ ਉਖਵਾੜ ਗਿਆ। ਔਰ ਜੀ ਇੱਧਰ ਨਜ਼ਰ ਮਾਰੀਏ ਅਤੇ ਮੱਝਾਂ ਥੱਲੇ ਖੂਹੀਆਂ ਪਈਆਂ ਲੱਗਣ ਲੱਗਣ, ਹੈਂ ਪੈਰ ਚੈੱਕ ਕਰੋ ਕਿੰਨੇ ਕਿੰਨੇ ਥੱਲੇ ਗਏ ਪਏ ਨੇ। ਪਿੰਡਾਂ ਵਾਲੇ ਦੱਸ ਬਸ ਪਿੰਡਾਂ ਵਾਲੇ ਜਿਹੜੇ ਹੁਣ ਕਿਹਾ ਹੈ ਕਹਿਣਾ। ਕਾਫੀ ਟਾਈਮ ਗੁਜ਼ਾਰ ਲਿਆ ਲੇਕਿਨ ਅਜੇ ਤੀਕਰ ਜਿਹੜਾ ਮੈਂ ਘਰ ਕੋ ਨਹੀਂ ਗਿਆ, ਪਤਾ ਨਹੀਂ ਮਗਰੋਂ ਅੰਮੀ ਸਾਹਿਬਾ ਪਤਾ ਨਹੀਂ ਕੀ ਕੀਤੀ ਖੜੇ ਜਾਂ ਨਹੀਂ ਕੀਤੀ ਖੜੇ। ਔਰ ਜੇ ਅਸੀਂ ਅੱਜ ਬੰਨੇ ਹਾਂ ਮੱਝਾਂ, ਤਕਰੀਬਨ ਪਤਾ ਲੱਗਦਾ ਵੀ ਉਹਨਾਂ ਦੇ ਪੈਰ ਜੇ ਨਾ ਕਿੰਨੇ ਕਿੰਨੇ ਥੱਲੇ ਜਾਂਦੇ ਨੇ ਜ਼ਮੀਨ 'ਚ, ਕਿਹੜਾ ਥੱਲੇ ਇਹ ਬਾਰਿਸ਼ ਆਈ ਹੈ। ਜਾਣੇ ਸੇ ਲੱਗਦਾ ਹੈ ਕੋਈ ਜੋਗ ਆਈਓ ਜੀ ਸ਼ਾਇਦ ਦਮ ਕਰ ਦੇ ਜਵਾਨ ਜੀ ਆਕੜਾ ਚੈੱਕ ਕਰੋ ਅਸਲੇ 'ਚ ਨਾ ਭੁੱਖ ਲੱਗੀ ਹੋਈ ਹੈ। ਹਾਂਜੀ ਸਾਰੀਆਂ ਜਿੰਨਾ ਬਾਹਰ ਆ ਗਈਆਂ ਨੇ, ਚੈੱਕ ਕਰੋ ਕਿੰਨੇ ਇਹਨਾਂ ਦੇ ਪੈਰ ਥੱਲੇ ਚਲੇ ਗਏ ਨੇ। ਮੈਂ ਜਾ ਰਿਹਾ ਤਕਰੀਬਨ ਘਰ ਕਿਉਂਕਿ ਇਹਨਾਂ ਇੱਥੇ ਕਾਫੀ ਚੇਅਰ ਜਿੰਨਾ ਬੈਠੇ ਰਿਹਾ ਅਤੇ ਕੋਈ ਫਾਇਦਾ ਹਾਸਲ ਤੋਂ ਨਹੀਂ ਹੋਇਆ, ਸਿਰਫ ਕੋਈ ਚੰਦ ਕਲਿੱਪ ਮਿਲੇ ਨੇ। ਔਰ ਚੈੱਕ ਕਰੋ ਜੀ, ਔਰ ਜੀ ਸਾਰੇ ਜਾ ਰਹੇ ਨੇ ਕਬਰਸਤਾਨ ਬਈ, ਕਬਰਾਂ ਜਿਹੜਾ ਉਹ ਗਿਰ ਗਈਆਂ ਨੇ ਅਤੇ ਉਹਨਾਂ ਨੂੰ ਜਿਹੜਾ ਜਾ ਕੇ ਵਹਿੰਦੇ ਪੈਣ ਵੀ ਠੀਕ ਹੈ ਜਾਂ ਨਹੀਂ, ਔਰ ਕੁਛ ਜਿਹੜਾ ਚੰਦ ਕਬਰਾਂ ਡਿੱਗੀਆਂ ਨੇ ਅਤੇ ਬਕਾਇਆ ਹੁਣ ਮੈਂ ਵੀ ਜਾਂਦਾ ਅਤੇ ਜਾ ਕੇ ਪਤਾ ਸੁਰ ਕਰਨਾ ਵੀ ਉਦੋਂ ਸੁਰ ਕਰਾਂਗੇ ਜਦੋਂ ਅਸੀਂ ਨਾ ਤਕਰੀਬਨ ਇੱਥੇ ਜਾਣਾ 12 ਜਿਹੜੀ, ਉਸ ਤੋਂ ਬਾਅਦ ਜਿੰਨਾ ਮੁੜ ਇਹਦੂ ਹੀ ਜਾਵਾਂਗੇ, ਉੱਥੋਂ ਪਤਾ ਕਰਕੇ ਜਦੋਂ ਕਿ ਤੇਲ ਪਵਾ ਕੇ ਅਤੇ ਅਗਰ ਸਿੱਧਾ ਹੀ ਨਾ ਜਾਵਾਂਗੇ ਉਹ ਜਿਹੜਾ ਸਫ਼ਰ ਨੇ ਸਾਨੂੰ ਬਿਲਕੁਲ ਠੀਕ ਰਹੇਗਾ। ਅਤੇ ਬਕਾਇਆ ਨਾ ਕੱਲ੍ਹ ਜੀ ਮੇਰਾ ਮੋਟਰਸਾਈਕਲ ਹੋ ਗਿਆ ਸੀ ਪੈਂਚਰ, ਅੱਜ ਆ ਕੇ ਵਹਿੰਦੇ ਹਾਂ ਵੀ ਹਵਾ ਖੜ੍ਹੀ ਹੈ ਜਾਂ ਨਹੀਂ, ਅਗਰ ਜੇ ਹਵਾ ਗਈ ਨਿਕਲ ਤਾਂ ਫਿਰ ਤਾਂ ਕੰਮ ਖਰਾਬ ਹੈ, ਅਗਰ ਜੇ ਨਹੀਂ ਨਿਕਲੀ ਤਾਂ ਫਿਰ ਕੰਮ ਸਹੀ ਹੈ। ਅਤੇ ਹੁਣ ਜਾ ਕੇ ਵਹਿੰਦੇ ਹਾਂ ਬਈ ਅੰਮੀ ਸਾਹਿਬਾਂ ਕੀ ਕਰਦੀ ਪਈ ਹੈ। ਅੰਮੀ ਜੇ ਅੰਮੀ ਦੀ ਕਿਤੇ ਗੁਫੀ ਆਈ ਹੋਈ ਪਈ ਹੈ, ਛੋਟੇ ਕਿਚਨ 'ਚ ਬੜੀ ਹੋਈ ਹੈ, ਬਾਹਰ ਨਿਕਲਦੀ ਨਹੀਂ ਪਈ ਹੈ, ਬਾਹਰ ਨਿਕਲੇ ਫਿਰ ਗੱਲ ਕੋਈ ਹੋ। ਹਾਂਜੀ ਅਤੇ ਇਹਦਾ ਕਰਨੇ ਆ ਸਾਲਨ ਜਿਹੜਾ ਫਰਿੱਜ ਹੋ ਕੇ ਪਿਆ ਕਾਫੀ ਚਿਰ ਦਾ, ਇਹਨੂੰ ਕਰਨੇ ਆ ਗਰਮ ਅਤੇ ਆਪਣਾ ਖਾਣਾ ਖਾਂਦੇ ਹਾਂ। ਹੈਲੋ ਜੀ ਮਾਂ ਜੀ। ਔਰ ਜੀ ਹੁਣ ਜਿਹੜਾ ਸਾਡਾ ਖਾਣਾ ਹੈ ਨਾ ਤਕਰੀਬਨ ਬਾਹਰ ਹੀ ਪੱਕਿਆ ਕਰਨਾ, ਯਾਨੀ ਕਿ ਸਾਡੇ ਛੋਟੇ ਜਿਹੇ ਕਿਚਨ 'ਚ ਜੀ, ਅਗਰ ਅਸੀਂ ਬਾਹਰ ਪਕਾ ਨਹੀਂ ਸਕਦੇ ਕਿਉਂਕਿ ਜਿਹੜਾ ਚੁੱਲ੍ਹਾ ਨਾ ਉਹ ਬਿਲਕੁਲ ਗਿਆ ਭੇਜ, ਅਤੇ ਇਸ ਵਜ੍ਹਾ ਜਿਹੜਾ ਫਿਰ ਸਾਡਾ ਕੋਈ ਜਿਹੜਾ ਖਾਣਾ ਨਾ ਉਹ ਬਾਹਰ ਨਹੀਂ ਪੱਕਦਾ ਪਿਆ, ਅਗਰ ਜੇ ਬਾਹਰ ਪੱਕਦਾ ਤਾਂ ਗਰਮ ਹੋ ਰਹੀ ਹੈ ਲੇਕਿਨ ਬਾਹਰ ਨਹੀਂ। ਸੁਬਹ ਨਾਲ ਦਹੀਂ ਵੀ ਆ ਗਈ ਅਲਹਮਦੁਲਿਲਾ, ਕੱਲ੍ਹ ਦਾ ਦੁੱਧ ਕੁਪਿਆ ਸੀ ਉਹਨੂੰ ਜਮਾਇਤਾ ਅਤੇ ਦਹੀਂ ਬਣ ਗਈ। ਔਰ ਜੀ ਪਰਾਂਠਾ ਇੱਕ ਨਾਲ ਆ ਗਿਆ ਨਾਲ ਚੀਨੀ।
खाना चाहते हो तो आओ जी सत बिस्मिल्ला जी मिलके खाने कटे खाने आ जाओ जी। मेरा सालन गर्म होता पे बिस्मिल्लाह। मेरे सोने दियां पुत्रा आओ, मैं सुबह दियां रोटियां पकाइया ने ते हुण मैं थोड़े नाल सामने हुंदी पई आं ते इत्थे वीडियो दा करने आए एंड ते इंशाल्लाह जिंदगी रही ते किसे अच्छी वीडियो नाल दियां पुत्रा नाल मुलाकात होवेगी। अल्लाह हाफिज।